ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਕੋਰੋਨਾ ਆਫਤ ਦਰਮਿਆਨ ਬੇਰੁਜ਼ਗਾਰ ਤੇ ਉਦਯੋਗਿਕ ਕਾਮਿਆਂ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਅਜਿਹੇ ਕਾਮਿਆਂ ਨੂੰ ਉਹਨਾਂ ਦੀ ਪਿਛਲੇ 3 ਮਹੀਨਿਆਂ ਦੀ ਤਨਖਾਹ ਦੀ ਔਸਤ ਦੀ 50% ਰਕਮ ਬੇਰੁਜ਼ਗਾਰੀ ਲਾਭ ਵਜੋਂ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਤਕਰੀਬਨ 40 ਲੱਖ ਕਾਮੇ ਲਾਭ ਲੈ ਸਕਣਗੇ। ਸਰਕਾਰ ਦੇ ਨਿਯਮਾਂ ਨੂੰ ਲਚਕਦਾਰ ਬਣਾਉਂਦੇ ਹੋਏ ਫੈਸਲਾ ਲਿੱਤਾ ਗਿਆ। ਉਦਯੋਗਿਕ ਕਾਮੇ ਜਿਨ੍ਹਾਂ ਨੇ ਕੋਵਿਡ ਆਫਤ ਵਿੱਚ ਨੌਕਰੀ ਗਵਾ ਦਿੱਤੀ ਹੈ, ਅਜਿਹੇ ਕਾਮਿਆਂ ਨੂੰ ਉਹਨਾਂ ਦੀ 3 ਮਹੀਨਿਆਂ ਦੀ ਤਨਖਾਹ ਦਾ 50% ਬੇਰੁਜ਼ਗਾਰੀ ਲਾਭ ਵਜੋਂ ਦਿੱਤਾ ਜਾਣਾ ਚਾਹੀਦਾ। ਇਹ ਲਾਭ ਉਹਨਾਂ ਕਾਮਿਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਇਸ ਸਾਲ 24 ਮਾਰਚ ਤੋਂ 31 ਦਸੰਬਰ ਤੱਕ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ ਨੇ। ਇਹ ਪ੍ਰਸਤਾਵ ਵੀਰਵਾਰ ਨੂੰ ਕਰਮਚਾਰੀ ਰਾਜ ਬੀਮਾ ਨਿਗਮ ਦੀ ਬੈਠਕ ਵਿੱਚ ਰੱਖਿਆ ਗਿਆ ਸੀ। ESIC ਲੇਬਰ ਮੰਤਰਾਲੇ ਅਧੀਨ ਸੰਗਠਨ ਹੈ ਜੋ 21,000 ਰੁਪਏ ਤੱਕ ਦੇ ਕਾਮਿਆਂ ਨੂੰ ESIC ਸਕੀਮ ਅਧੀਨ ਬੀਮਾ ਪ੍ਰਦਾਨ ਕਰਦਾ ਹੈ। ESIC ਬੋਰਡ ਦੇ ਮੈਂਬਰ ਅਮਰਜੀਤ ਕੌਰ ਨੇ ਕਿਹਾ ਕਿ ਇਹ ਕਦਮ ਨਾਲ ESIC ਅਧੀਨ ਬੀਮੇ ਵਾਲੇ ਯੋਗ ਵਿਅਕਤੀਆਂ ਨੂੰ 3 ਮਹੀਨੇ ਲਈ ਉਹਨਾਂ ਦੀ ਤਨਖਾਹ ਦੇ 50% ਤੱਕ ਨਗਦ ਸਹਾਇਤਾ ਦਿੱਤੀ ਜਾਵੇਗੀ। ESIC ਇਹ ਲਾਭ ਬੇਰੁਜ਼ਗਾਰ ਕਾਮਿਆਂ ਨੂੰ ਦੇਵੇਗੀ ਤੇ ਇਸ ਲਈ ਕਾਮੇ ਕਿਸੇ ਵੀ ESIC ਸ਼ਾਖਾ ਵਿੱਚ ਜਾ ਕੇ ਸਿੱਧੀ ਅਰਜ਼ੀ ਦੇ ਸਕਦੇ ਨੇ ਅਤੇ ਸਹੀ ਤਸਦੀਕ ਹੋਣ ਤੋਂ ਬਾਅਦ ਇਹ ਪੈਸਾ ਉਹਨਾਂ ਦੇ ਖਾਤੇ ਵਿੱਚ ਪਹੁੰਚ ਜਾਵੇਗਾ। ਇਸ ਲਈ ਆਧਾਰ ਨੰਬਰ ਦੇਣਾ ਲਾਜ਼ਮੀ ਹੋਵੇਗਾ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਆਰਥਿਕਤਾ ਅਨੁਸਾਰ ਕੋਰੋਨਾ ਆਫਤ ਤਕਰੀਬਨ 90 ਮਿਲੀਅਨ ਲੋਕ ਨੌਕਰੀਆਂ ਗਵਾ ਚੁੱਕੇ ਨੇ। ਇਕੱਲੇ ਜੁਲਾਈ ਵਿੱਚ ਹੀ 50 ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਚੁੱਕੇ ਨੇ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ajeevala.com ਦੇ ਨਾਲ। ਜੋਤਿਸ਼ ਆਰ ਕੇ ਸ਼ਾਸਤਰੀ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ। ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ ਅਤੇ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਧੋਖਾ ਖਾਂਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ। 81468-13-896 81468-13-896